ਜੀ ਅਸਲਾਮ ਵਾਲੇਕੁਮ ਮੈਂ ਤੁਹਾਡਾ ਆਪਣਾ ਕਾਮੀ ਕਮਾਲ ਤੇ ਮੈਂ ਬਣਾ ਲਿਆ YouTube ਚੈਨਲ ਔਰ ਚੈਨਲ ਵੀ ਮਕਰਛੜੇ ਫਾਈਨਲ ਗੱਲਾਂ ਮੈਂ ਕਰਾਂਗਾ ਉਹ ਜਿਹੜੀਆਂ ਹੋਣਗੀਆਂ ਦੋ ਇੱਕ ਮਿੰਟ ਖਲੋ ਤੁਹਾਡੀ ਮਿਹਰਬਾਨੀ ਕਿ ਮੇਰੀ ਇਸ ਵੀਡੀਓ ਨੂੰ ਇਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਨਾਲੇ ਕਮੈਂਟਸ ਕਰੋ ਤੇ ਕਮੈਂਟ ਕਰੋ ਭਾਜੀ ਮੈਂ ਤੁਹਾਨੂੰ ਮਿਲਾਨਾ ਚਾਹਨਾ ਅੱਜ ਇੱਕ ਐਸੀ ਸ਼ਖਸੀਅਤ ਦੇ ਨਾਲ ਜਿਹਨੂੰ ਸ਼ਾਇਦ ਤੁਹਾਨੂੰ ਦੱਸਣ ਦੇ ਮਹਤਾਜ ਨਹੀਂ ਹੈ ماشاءاللہ بہت ہی اچھے کلاکار گلوکار فنکار سیاکار تے بلیک آ رہے نے تے میرے دوست گل پتہ کی ہے تسی بھی انہاں نال مل کے انشاءاللہ تعالی خوشی محسوس کرو گے تے تواڈے سامنے لیاں لگا توانوں بہت انتظار ہے پیارے اج اتوار ہے تے اے میرا یار ਅਸਲਾਮ ਵਾਲੇਕਮ ਜੀ ਵਾਲੇਕਮ ਅਸਲਾਮ ਹਾਂ ਜੀ ਕੀ ਹਾਲ ਹੈ ਕਮ ਭਾਈ ਕੀ ਹਾਲ ਹੈ ਅਲਹਮਦੁਲਿਲਾ ਠੀਕ ਠਾਕ ਅੱਲਾ ਦਾ ਸ਼ੁਕਰ ਹੈ ਅੱਲਾ ਦਾ ਕਰਮ ਹੈ ਤੇ ਤੁਸੀਂ ਸੁਣਾਓ ਜਨਾਬ ਠੀਕ ਹੋ ਹਾਂ ਜੀ ਅਲਹਮਦੁਲਿਲਾ ਸੇਤਾ ਠੀਕ ਠਾਕ ਤੇ ਬੀਤਾ ਹਰਕਤਾਂ ਬਰਕਤਾਂ ਆਤਾ ਸ਼ਰਾਰਤਾਂ ਨਜ਼ਾਕਤਾਂ ਫਜ਼ਾਕਤਾਂ ਹਲਾਕਤਾਂ ਮਲਾਕਤਾਂ ਪਲਾਕਤਾਂ ਚਲਾਕਤਾਂ ਸਭ ਕੁ ਓਕੇ ਨੇ ਹਾਂ ਜੀ ਅਲਹਮਦੁਲਿਲਾ ਸਭ ਕੁਝ ਓਕੇ ਜੀ ਭਾਈ ਜੀ ਅੱਜ ਕੱਲ ਕੀ ਕਰ ਰਹੇ ਹੋ ਮੈਂ ਸਰਕਾਰ ਜੌਬ ਹੀ ਕਰਦੇ ਹਾਂ ਹੋਰ ਜੌਬ ਕਰ ਰਹੇ ਹੋ ਹਾਲਾਤ ਹੀ ਇਸ ਤਰ੍ਹਾਂ ਦੇ ਜੌਬ ਕਰਨੀ ਪੈਣੀ ਹੈ ਜੌਬ ਕਿਥੋਂ ਬਗੈਰ ਤਸਰਦਾ ਨਹੀਂ ਬੰਦੇ ਦਾ ਹੋਰ ਬਾਜੀ ਹਾਂਜੀ ਜੀ ਠੀਕ ਠਾਕ ਤੁਸੀਂ ਘਰ-ਬਾਰ ਸਭ ਠੀਕ ਏ ਫਿੱਟ ਫਾਟ ਲੋਕਾਂ ਨੂੰ ਤੁਹਾਨੂੰ ਵਖਾਣ ਵਾਸਤੇ ਲਿਆਇਆ ਮਾਸ਼ਾਅੱਲਾ ਆ ਮੂੰ ਵੇਖੋ ਜੀ ਐਂਜ ਦਾ ਮੂੰ ਉਹ ਤੋਂ ਮੰਦਾ ਜਿਦੋਂ ਤੇਜ਼ ਰਖਸ਼ਾ ਕੋਲੋਂ ਲੱਗਦਾ ਮਾਸ਼ਾਅੱਲਾ ਕਿਆ ਬਾਤ ਹੈ ਯਾਰ ਕਮੀ ਭਈ ਹੋਣੇ ਸੀ ਤੁਹਾਡੇ ਕੋਲ ਐ ਤੁਸੀਂ ਸਾਡੀ ਬੇਇਜ਼ਤੀ ਕਰੋ ਮਹਿਮਾਨ ਸਾਡੇ ਬਹੁਤ ਅੱਛੇ ਯਾਰ ਸਾਡੇ ਯਾਰ ਹੋ ਤੁਸੀਂ ਭਾਈ ਹੋ ਸਾਡੇ ਤੇ ਹੁਣ ਕੀ ਕਹਿਣਾ ਚਾਹੋਗੇ ਆਡੀਅਨ ਨੂੰ ਸਾਡੇ ਚੈਨਲ ਦੇ ਬਾਰੇ ਵਿੱਚ ਜੀ ਇਹ ਬਹੁਤ ਅੱਛਾ ਚੈਨਲ ਹੈ ये कामे कमाल बहुत अच्छे आर्टिस्ट भी हैं और बहुत अच्छे इंसान भी हैं आप इन्हें लाइक करें कमेंट्स करें और शेयर करें इनकी वीडियोस को भाजी बाबा अच्छा मेरा तो तुम्हें तो पता नहीं भाजी कहना मनना या ना मनना मेरा भरा मेरा दोस्त मेरा यार और बहुत अच्छा फनकार अदाकार कलाकार और भाजी मेरे तरह मैं देखो भाजी बड़ी बड़ी करीमां लाइया ने देखो कि चिट्टा ਆ ਗਾਣਾ ਤਾਂ ਤੁਸੀਂ ਸੁਣਿਆ ਹੀ ਹੋਣਾ ਸੁਣਿਆ ਹੋਣਾ ਮੇਰਾ ਗਾਣਾ ਤੁਸੀਂ ਹਾਂਜੀ ਜੀ ਸੁਣਿਆ ਹੈ ਜੀ ਨਹੀਂ ਤੁਸੀਂ ਸੁਣਿਆ ਤੁਹਾਨੂੰ ਅੱਜ ਨਵਾਂ ਇੱਕ ਗਾਣਾ ਸੁਣਾਉਣਾ ਚਾਹਨਾ ਸੁਣੋ ਕਰੀਮ ਵਾਲਿਆ ਤੇਰੀ ਕਰੀਮ ਬੜੀ ਲੋਨੀ ਆ ने लावां रात लावां भें खाधी जवां लवां न करीम ते मां बुक बुक रोन करीम वारे ते करीम बड़े लोन जिन ते तूं ਨਾ ਤੇ ਬਿਊਟੀ ਕਰੀ ਮੈਂ ਨਹੀਂ ਹੋਲਾਇਆ ਨੇ ਹੋਲਾਵਾ ਨਾ ਕਰੀ ਮੈਂ ਤੇ ਵੇ ਬੁਕ ਬੁਕਰਨੀ ਆ ਕਰੀਮ ਵਾਲਿਆ ਤੇਰੀ ਕਰੀਮ ਬੜੇ ਲਾਣੀ ਹਾਂ ਨੇ ਬਈ ਕਮਾਲ ਹੋ ਗਿਆ ਭਾਜੀ ਫਨਕਾਰ ਤਾਂ ਤੁਸੀਂ ਵੱਡੇ ਹੋ ਲੇਕਿਨ ਅਸੀਂ ਵੀ ਕੋਈ ਗਾਸ਼ਾ ਲੈਨੇ ਆ ਬੜੇ ਬੜੇ ਗਾਣੇ ਗਾਏ ਨੇ ਭਾਜੀ ਬੜਾ ਨਾਂ ਐ ਮੇਰਾ ਕਿਦਾਂ ਐ ਨਾਂ ਮੇਰਾ ਕੰਮ ਹੀ ਕਮਾਲ ਜਾਣਦੀ ਦੁਨੀਆ ਮੈਨੂੰ ਕਿ ਬੱਸਾਂ ਜੀ ਮੰਗਦੇ ਸੀ ਭਾਜੀ ਅਸੀਂ ਤਾਂ ਬਖਸ਼ਿਸ਼ ਹੀ ਮੰਗਦੇ ਸੀ ਤੁਸੀਂ ਉੱਥੇ ਦਿੰਦੇ ਸੀ ਹਾਂਜੀ ਹਾਂਜੀ ਆ ਯਾਨੀ ਕਿ ਜ਼ਕਾਤ ਤੁਸੀਂ ਦਿੰਦੇ ਜੀ ਵਾਹ ਜੀ ਵਾਹ ਜਨਾਬ ਬੜੀ ਗੱਲ ਏ ਕਿ ਸਾਡੇ ਨਾਲ ਬੈਠੇ ਨੇ ਹਾਲਾਂਕਿ ਇਹ ਤਾਂ ਕਦੀ ਜੁੜ ਕੇ ਘਰਦਿਆਂ ਦੇ ਨਾਲ ਨਹੀਂ ਬੈਠੇ ਸਾਡੇ ਨਾਲ ਵੇਖੋ ਕਿੰਨਾ ਬਾਗ ਹੀ ਬੜਾ ਹੈ ਅੱਤੋ ਅੱਛਾ ਜੀ ਵਾਹ ਜੀ ਮਾਸ਼ੱਲਾ ਸਰਦੀ ਦੇ ਬਾਰੇ ਕੀ ਤੁਹਾਡਾ ਖਿਆਲ ਹੈ ਸਰਦੀ ਜਨਾਬ ਬਹੁਤ ਜ਼ਿਆਦਾ ਪੈ ਰਹੀ ਏ ਤੇ شدید ਪੈ ਰਹੀ ਏ ਕੰਮ 'ਚ ਆਣ ਜਾਣ 'ਚ ਬੜੀ ਦਿੱਕਤ ਹੁੰਦੀ ਏ ਤੇ ਸੋ ਜਾਈਦਾ ਜਦੋਂ ਬੜੀ ਧੁੰਦ ਹੁੰਦੀ ਹੈ ਸਰਦੀ ਹੁੰਦੀ ਹੈ ਜਦੋਂ ਆਈ ਦੋਦੋ ਵੀ ਬੜੀ ਸਰਦੀ ਹੁੰਦੀ ਹੈ ਯਾਰ ਇਹ ਸਰਦੀ ਹੁੰਦੀ ਹੈ ਤੇ ਅੱਲਾ ਦੇ ਕੰਮ ਨੇ ਨਾ ਸਰਦੀ ਲਿਆਉਣਾ ਕਿਉਂਕਿ ਸਰਦੀ ਆਏਗੀ ਤੇ ਬੇਦਰਦੀ ਆਏਗੀ ਅੱਛਾ ਅੱਛੇ ਖਾਣੇ ਆਣਗੇ ਅੱਛਾ ਅੱਛੇ ਜਨਾਬ ਸੂਪ ਆਣਗੇ ਯਖਮੀਆਂ ਆਉਣਗੀਆਂ ਫਰੂਟ ਆਏਗਾ ਨਾਲ ਜਨਾਬ ਹੁੰਦਾ ਪਕੌੜੇ ਸਮੋਸੇ ਆਹਾਹਾ ਕੀ ਸਰਦੀ ਦਾ ਮੌਸਮ ਹੁੰਦਾ ਯਾਰ ਸਰਦੀ ਦੇ ਵਿੱਚ ਜੁਆਏ ਕਰਨ ਦਾ ਆਪਣਾ ਹੀ ਮਸਾ ਹੈ ਭਾਜੀ ਲੇਕਿਨ ਤੁਸੀਂ ਕੰਮ ਤੇ ਜਾਂਦੇ ਹੋ ਬੜੀ ਦੂਰ ਜਾਂਦੇ ਹੋ ਬਾਕੀ ਅੱਲਾ ਪਾਕ ਤੁਹਾਨੂੰ ਜਨਾਬ ਸਭ ਨੂੰ ਤੰਦਰੁਸਤੀ ਦੇਵੇ ਸਾਡੀ ਪਹਿਲੀ ਵੀਡੀਓ ਤੁਹਾਡੇ ਵਾਸਤੇ ਇਨਸ਼ਾ ਅੱਲਾ ਤਾਲਾ ਇੱਕ ਨਵਾਂ ਤੋਹਫਾ ਲੈ ਕੇ ਆਏਗੀ ਤੇ ਅਗਲੀ ਵੀਡੀਓ ਚ ਸਿੱਖ ਨਵਾਂ ਟ੍ਰੈਂਡ ਲੈ ਕੇ ਆਵਾਂਗੇ ਮੈਂ ਜ਼ਫਰ ਨਾਲ ਕਰਾਂਗੇ ਦੋਵੇਂ ਰਲ ਕੇ ਸਫਰ ਥੈਂਕ ਯੂ ਜੀ ਬੜੀ ਮਿਹਰਬਾਨੀ ਤੁਹਾਡਾ ਆਪਣਾ ਕਾਮ ਇਕਬਾਲ ਓਕੇ ਜੀ ਅੱਲਾ ਫੇਜ਼